ਅਸਲਾਮੁਆਲਿਕੋ ਦੋਸਤੋ ਉਮੀਦ ਕਰਦਾ ਹਾਂ ਕਿ ਸਾਬ ਦੋਸਤ ਖਰੀਅਤਲਾ ਹੋਣਗੇ ਠੀਕਾ ਹੋਣਗੇ ਰੋਜ਼ਾ ਸ਼ੁਦ ਰੱਖਦੇ ਰਹੋਣਗੇ ਅੱਲਾ ਤੌਫੀਕ ਵੀ ਦੇਵੇ ਤੁਹਾਨੂੰ ਰੋਜ਼ੇ ਰੱਖਣ ਦੀ ਫੋਨ ਟਾਈਮ ਦੇਖ ਲਈ ਕੀ ਹੋ ਗਿਆ ਰੋਜ਼ੇ ਚ ਕਿੰਨਾ ਟਾਈਮ ਰਹੇਗਾ 5 ਵਜੇ ਕੇ 20 ਮਿੰਟ ਹੋ ਗਏ ਨੇ ਤੇ ਟਾਈਮ ਰਹਿ ਗਿਆ 1 ਘੰਟਾ ਰੋਜ਼ੇ ਖੁਲਾਨੇ ਤੇ ਅੱਜ ਮੇਰਾ ਰੋਜ਼ਾ ਹੈ ਤੇ ਮੇਰਾ ਚੈਨਲ ਪੰਜਾਬੀ ਵਲੋਗ 87 ਹੈ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੱਡਿਕਰ ਦੇਖਣੀ ਹੈ ਲਾਇਕ ਕਰਨਾ ਹੈ ਸ਼ੇਅਰ ਕਰਨਾ ਹੈ ਸਬਸਕ੍ਰਾਈਬ ਕਰਨਾ ਤੇ ਬੈਲ ਆਈਕ ਦਾ ਬਟਨ ਜ਼ਰੂਰ ਦਬਾ ਦੇਣਾ ਕਿਉਂਕਿ ਹਾਰਡਨ ਵਾਲੀ ਵੀਡੀਓ ਬਾਸਾਨੀ ਤੱਕ ਪਹੁੰਚ ਸਕੇ ਤੇ ਜ਼ਰੂਰ ਹੀ ਵੀਡੀਓ ਮੇਰੀ ਵੇਖੀ ਕਰੋ ਮੈਂ ਇੰਨੀ ਮਿਹਨਤ ਕਰਕੇ ਤੁਹਾਡੇ ਵਾਸਤੇ ਵੀਡੀਓ ਬਣਾਉਣਾ ਵੀਡੀਓ ਪੂਰੀ ਵੇਖੀ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਤਾ ਕਰੋ ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਮੈਨੂੰ ਕੋਈ ਫਾਇਦਾ ਹੋਣਾ ਤੇ ਮੇਰੇ ਸਪੋਰਟ ਕਰੋ ਤੁਸੀਂ ਜਿਦਾਂ ਕਿ ਮੈਂ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦਿਖਾਣਾ ਇਸ ਤਰੀਕੇ ਤੁਸੀਂ ਵੀ ਮੇਰੇ ਸਬਸਕ੍ਰਾਈਬਰ ਵਦਾ ਦਿਓ ਤੇ ਅੱਲਾਹ ਤਾਲਾ ਤੁਹਾਨੂੰ ਕੁਝ ਰੱਖੇ ਤੇ ਅੱਲਾਹ ਤਾਲਾ ਤੁਹਾਨੂੰ ਰੋਜ਼ੇ ਰੱਖਣ ਦੀ ਤੌਫੀਕ عطا ਕਰੇ ਮਾਸ਼ਾ ਅੱਲਾਹ ਜੀ ਖੁਰਮ ਸ਼ਹਿਜ਼ਾਦ ਨਮਾਜ਼ ਪੜ ਕੇ ਆਏ ਹੁਣੇ ਨਾਲ ਅਗੇ ਸੀ ਤੇ ਹਮਜ਼ਾ ਰੋਜ਼ੇ ਸਾਰੇ ਰੱਖਿਆ ਅੰਦਾ ਸੁਣਾ ਹਮਜ਼ਾ ਰੋਜ਼ਾ ਮਹਿਸੂਸ ਕਰਨਾ ਕੋਈ ਨਹੀਂ ਨਹੀਂ ਸਹੀ ਦਸੀਂ ਹਾਂਜੀ ਰੋਜ਼ੇ ਨਾਲ ਜੂਠ ਨਾ ਮਾਰੀ ਨਹੀਂ ਲੇਕਿਨ ਮੇਰੀ ਤਾਂ ਹੁਣ ਬਾਤ ਸਹੀ ਖੜੀ ਹੈ ਤੁਸੀਂ ਅੱਜ ਤੋ ਹੀ ਵਿੱਚ ਛਾੜ ਕੇ ਜਿ ਰੱਖਦੇ ਨੇ ਹਾਂ ਤੋਂ ਮੈਂ ਰੋਜ਼ਾ ਇੱਕ ਛਾੜ ਕੇ ਰੱਖਣਾ ਕਿਉਂ ਰੱਖਣਾ ਹੈ ਛੜਦਾ ਵਿੱਚ ਰੋਜ਼ੇ ਕਿ ਮੈਨੂੰ ਇਹ ਪੱਠੇ-ਪੁੱਠੇ ਵੀ ਕਰਨੇ ਪੈਂਦੇ ਆ ਉਹ ਦੇਖੋ ਜੀ ਪਿੱਛੇ ਤੇ ਇਹ ਮਾਲ ਖਰਾਬ ਨਾ ਇਹ ਮਾਲ ਦਾ ਵੀ ਕਰਨਾ ਪੈਂਦਾ ਤੇ ਰੋਜ਼ ਦੇ ਨਾਲ ਆਪਣੇ ਕੋਲ ਕੰਮ ਨਹੀਂ ਹੋਣਾ ਇਵੇਂ ਬੰਦਾ ਰੋਜ਼ਾ ਰੱਖ ਕੇ ਤੇ ਨਾ ਕੰਮ ਹੋਵੇ ਫਿਰ ਫਾਇਦਾ ਕੋਈ ਨਹੀਂ ਹੈ ਇਵੇਂ ਰੋਜ਼ਾ ਵੀ ਬੰਦੇ ਦਾ ਤੁਹਾਨੂੰ ਪਤਾ ਬੰਦੇ ਦੇ ਜਦ ਤੱਕ ਪਿਆਸ ਲੱਗ ਜੰਦੀ ਹੈ ਕਾਪਾ ਫੇਰ ਨਾ ਕੋ ਸੌਕਾ ਕੋਈ ਨਹੀਂ ਰੇੜਾ ਪੱਠਾ ਦਵਣਾ ਹੁਣੇ ਪੂਰਾ ਤੇ ਮਾਲ ਹੀ ਮਾਸ਼ਾਅੱਲਾ ਸੈਸਾ ਰਹਿ ਗਿਆ ਦੋਸਤੋ ਹੁਣ ਅਸੀਂ ਚੱਲੇ ਆਂ ਜੀ ਮੱਕੀ ਆਪਣੀ ਫਸਲ ਦਿਖਾਉਣ ਵਾਸਤੇ ਜੇ ਮੱਕੀ ਲਗਾਈ ਹੈ ਉਹ ਵੀ ਤੁਹਾਨੂੰ ਦਿਖਾਣੇ ਆਂ ਤੇ ਬਸ ਪੋਠੇ-ਪੋਠੇ ਨੇ ਹੋਰ ਤਾਂ ਕੋਈ ਚੀਜ਼ ਨਹੀਂ ਆ। ਉਹ ਵੀ ਤੁਹਾਨੂੰ ਦਿਖਾਣੇ ਆ ਜੀ ਤੇ ਇਧਰ ਮੱਕੀ ਦੇ ਲੋਡਿੰਗ ਵੀ ਹੋ ਰਹੀ ਹੈ। ਉਹ ਤਾਂ ਮੱਕੀ ਨਿਕਲੀ ਸੀ। ਵਰਤਾਇਆ ਕਿ ਹਾਂ ਇਹ ਰੀ-ਲੋਡ ਕਰਦੇ ਪਿਆ। ਤੇ ਉਹ ਦੇਖੋ ਜੀ। ਸੰਦੇਸ ਦੇ ਪਿਆਣਾ ਰਕਸ਼ਾ ਲੋਡਿੰਗ ਕਰਦੇ ਪਏ। ਇਹ ਫਿਰ ਲੈ ਜਾਣਗੇ ਮੰਡੀ ਦੇ ਗੱਲਾ ਮੰਡੀ ਦੇ ਵਿੱਚ। ਉਹ ਛਲੀਆਂ ਪਈਆਂ ਨੇ ਜੀ। ਔਰ ਆਹ ਦੇਖੋ ਜੀ ਛਲੀਆਂ ਤਾਂ ਦਿਖਾਈਏ। ਆਹ ਦੇਖੋ ਛਲਣ ਵਾਲੀਆਂ ਪਈਆਂ। ਇਹ ਉਹ ਵੀ ਛਲਣ ਗਏ। ਇਹ ਕੋਈ ਤੁੱਕੇ ਸੁੱਕੇ ਪਿਆ ਉਹ ਵੀ ਲੋਡ ਕਰਦੇ ਪਿਆ ਜੀ ਵਾਲਕਨ ਬੰਦ ਕਰ ਲੈ ਦੋਸਤਾਂ ਨੂੰ ਦਿਖਾਈ ਅਣ ਮੱਕੀ ਦੀ ਫਸਲ ਜਿਹੜੀ ਮੱਕੀ ਅਸੀਂ ਕੇਰੀ ਅੱਜ ਪਲਾਂਟਰ ਨਾਲ ਇਹ ਪਲਾਂਟਰ ਦੀ ਮੱਕੀ ਕਰੀ ਅੱਜ ਦੇਸੀ ਭਈਆ ਇਹ ਆ ਦੇਖੋ ਜੀ ਕਲਕਲਾ ਦਾਣਾ ਜੀ ਕੋਈ ਦੂਸਰਾ ਦਾਣਾ ਨਾਲ ਕੋਈ ਨਹੀਂ ਹੈ ਕੀਤੇ ਤਾਂ ਫਿਰ ਕੀਰ ਜਾਵੇ ਤੋ ਮੈਂ ਆਖ ਨਹੀਂ ਸਕਦਾ ਲੇਕਿਨ ਫਿਲਹਾਲ ਕਲਾ ਕਲਾ ਦਾਣੇ ਵੀ ਦਿਸਦਾ ਪਿਆ ਤੇ ਲੇਕਿਨ ਹਾਂ ਸਹੀ ਦੋ ਦੋ ਵੀ ਉਹ ਵੀ ਤੁਹਾਨੂੰ ਮੈਂ ਦਿਖਾਣਾ ਆ ਦੇਖੋ ਜੀ ਇਹ ਦੋ ਦਾਣੇ ਕਿਰੇ ਪਿਆ ਦੱਸਿਆ ਜੀ ਇਹ ਦੇਖੋ ਜੀ ਇਹ ਦੋ ਦਾਣੇ ਨਿਕਲੇ ਪਿਆ ਇਹ ਖੇਲਾ ਮੈਂ ਪਾਈਆਂ ਸੀ ਟਰੈਕਟਰ ਸੀ ਨਵਾਂ ਦੇ ਹੱਤਿਆਂ ਸੀ ਚੜਦਾ ਪਿਆ ਤੋ ਨੂੰ ਅਗਲੀ ਮੁੱਕੀ ਚਾਲੀ ਵਿਖਾਵਾਂ ਇਹ ਪੱਠੇ ਨੇ ਆਪਣੇ ਦੇਖੋ ਮਾਸ਼ਾਅੱਲਾ ਅਬੂ ਬਕਰ ਕਿਧਰ ਜਾ ਰਹੇ ਆ ਮੇਰੇ ਨਾਲ ਆ ਜਾ ਫਿਰ ਆ ਜਾ ਆ ਜਾ ਅਬੂ ਬਕਰ ਆਇਆ ਭਈ ਹੁਣ ਸ਼ੂਗਲ ਵੇਖਣ ਵਾਸਤੇ ਵੀਡੀਓ ਦਾ ਮੈਂ ਵੀਡੀਓ ਕਿਵੇਂ ਬਣਦੀ ਹੈ ਇਹ ਆਪਣੇ ਪਠਿਆਖਲੋਤ ਨੇ ਜੀ ਹੁਣ ਮਸਾਂ ਤੁਰੇ ਨੇ ਵਿੱਚ ਬਿਲਕੁਲ ਰਹਿ ਗਏ ਸੀ ਤੇ ਇਧਰ ਤੁਰ ਪੁੱਤ ਰਹੇ ਵਿੱਚ ਇੱਥੇ ਕੰਡੇ ਪਾਣੀ ਇਧਰ ਆ ਦੇਖੋ ਜੀ ਅਬੂ ਬਕਰ ਵੀ ਇੱਥੇ ਤੁਰਾ ਫਿਰਦਾ ਹੈ ਯਾਰ ਸ਼ੋਗਲ ਵੇਖਣ ਆਇਆ ਵੀਡੀਓ ਦੇ ਵੀਡੀਓ ਕਿਵੇਂ ਬਣਦੀ ਹੈ ਤੇ ਅਸੀਂ ਹੁਣ ਚੱਲੇ ਆ ਜੀ ਆਪੇ ਫਸਲ ਦਿਖਾਉਣ ਵਾਸਤੇ ਤੁਹਾਨੂੰ ਮੱਕੀ ਦੀ ਉਹ ਤੁਹਾਨੂੰ ਇੱਕ ਦਿਖਾਈ ਦਿੱਤੀ ਅਗਲੀ ਵੀ ਤੁਹਾਨੂੰ ਦਿਖਾਣੇ ਹਨ ਉਹਨੇ ਪਾਣੀ ਰੁੜ ਗਿਆ ਸੀ ਪਾਣੀ ਜ਼ਿਆਦਾ ਪੈ ਗਿਆ ਸੀ ਉਹਨਾਂ ਨੇ ਸਲਾਬ ਬਹੁਤ ਜ਼ਿਆਦਾ ਛੱਡ ਗਿਆ। ਉਹ ਵੀ ਤੁਹਾਨੂੰ ਦਿਖਾਉਣ ਲੈ ਆਇਆ। ਆ ਗਏ ਆਪੇ ਉਸ ਮੱਕੀ ਕੋਲ ਤੇ ਕਬੂਤਰ ਇਤੋਂ ਦਿਖਾਈਏ। ਆ ਦੇਖੋ ਜੀ। ਕਬੂਤਰ ਮਾਸ਼ਾਅੱਲਾ ਜੰਗਲੀ ਜਾਨਵਰ ਹੈ ਕੋ ਜੀ। ਆ ਨੂੰ ਪਾਣੀ ਪੀਅ ਜਾਦਾ। ਇਹ ਥਾਲ ਪਿਛੇ ਰੋੜ ਗਈ ਸੀ। ਇਹ ਸਹੀ ਨਿਕਲਿਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਪੀ ਗਿਆ ਸੀ ਇਸ ਲਈ ਤੇ ਬੜੀ ਜਲਦੀ ਨਿਕਲਿਆ। ਤੇ ਇਹਨਾਂ ਨੂੰ ਪਤਾ ਲੱਗਦਾ ਵੀ ਆਵੇ। ਦੇਖੋ ਜੀ ਤੁਹਾਂ ਦੇ ਅਸਰੀ ਵੀ ਹੋਣੀਆਂ। ਕਿਤੇ ਕਿਤੇ 2 2 ਨਿਕਲੇ ਆ ਕੇ ਤੇ 1 1 ਆ ਗਿਆ ਤੇ ਉਹ ਜਿਹੜੀ ਪਹਿਲੇ ਮੱਕੀ ਕਰੀ ਸੀ ਉਹੀ ਤੁਹਾਨੂੰ ਦਿਖਾਉਣੀ ਆ ਖੇਲਾ ਮੈਂ ਆਪ ਕਟਿਆ ਸੀ ਆ ਦੇਖੋ ਬਹੁਤ ਪਿਆਰੀਆਂ ਖੇਲਾ ਨਿਕਲੇ ਅਦਰ ਮੈਨ ਵਾਈ ਵੀ ਚੰਗੀ ਸੀ ਇਹ ਮੈਂ ਵਾਈ ਸੀ 85 ਟਰੈਕਟਰ ਲਿਆਂਦਾ ਸੀ ਨਵਾਂ ਜਿਹੜਾ ਕਿ ਤੁਹਾਨੂੰ ਦਿਖਾਇਆ ਸੀ ਪਿਛਲੀ ਵੀਡੀਓ ਦੇ ਵਿੱਚ ਲਿਆਂਦਾ ਇਹ ਦਿਖਾਇਆ ਸੀ ਤੁਹਾਨੂੰ ਤੇ ਸੇਲ ਕੀਤਾ ਸੀ ਤੇ ਉਹ ਵੀ ਤੁਹਾਨੂੰ ਦਿਖਾਇਆ ਸੀ ਅਸੀਂ ਤੇ ਲੇਕਿਨ ਇੱਧਰ ਇਹ ਜਿਹੜੀਆਂ ਅਸੀਂ ਜੜ ਤੋਂ ਖੇਲਾ ਕਟਿਆ ਨੇ ਮੋਲ ਤੇ ਟਰੈਕਟਰ ਸਾਇਆ ਸੀ ਉਹਦਾ ਪਲਾਂਟਰ ਵੀ ਹੈਗਾ ਸੀ ਉਸ ਪਲਾਂਟਰ ਨਾਲ ਮੱਕੀ ਲਾਈ ਹੋਣੀ 3500 ਰੇਟ ਸੀ ਇਹ 35 ਹੌਨਲੇ ਆ ਖੇਲਾਂ ਵਿੱਚ ਗੱਡੀਆਂ ਵੀ ਲੱਗ ਗਈਆਂ ਜਿਹੜੀ ਅਸੀਂ ਹੱਥ ਨਾਲ ਲਵਾਈ ਸੀ ਮੱਕੀ ਉਹ ਵੀ ਤੁਹਾਨੂੰ ਦਿਖਾਈਏ ਆਹ ਦੇਖੋ ਜੀ ਪਹਿਲੇ ਅਸੀਂ ਇਹ ਲਵਾਈ ਸੀ ਹੱਥ ਨਾਲ ਇਹ ਅਗੇ ਇਤਰੀ ਮੱਕੀ ਆਈ ਸਾਡੀ ਮਾਸ਼ੱਲਾ ਬਹੁਤ ਪਿਆਰੀ ਨਿਕਲੀ ਆ ਮੱਕੀ ਇਹ ਤੇ ਜਿਹੜਾ ਅੱਗੇ ਅਦਵਾੜਾ ਹੋਰ ਵੀ ਮਕੇਰ ਗਿਆ ਸੀ ਉਹ ਅੱਗੇ ਵੀ ਆ ਜੀ ਐਂਡ ਤੇ ਉਹ ਪਿਛਲੀ ਜਿਹੜੀ ਦੁਕਾਨ ਦਿਖਾਈ ਆ ਪ੍ਰਿੰਟ ਨਾਲ ਕਰੀ ਹੋਈ ਉਹਦੇ ਨਾਲ ਉਹ ਕਰੀ ਸੀ ਉਹ ਵੀ ਤੁਹਾਨੂੰ ਦਿਖਾਣੇ ਆਏ ਤੇ ਦੋਸਤੋ ਅਸੀਂ ਉੱਥੇ ਪਹੁੰਚੇ ਆ ਉਹ ਵੀ ਤੁਹਾਨੂੰ ਦਿਖਾ ਦਈਏ ਦੇ ਅਲੋਖੀ ਇਹਨੇ ਖੇਲਾ ਵੀ ਮੈਂ ਆਪਾਂ ਐਸੀ ਦੇਖੋ ਖੇਲ ਬਹੁਤ ਪਿਆਰੀ ਨਿਕਲਿਆ ਹੈ ਭਾਈ ਜ਼ਮੀਨ ਵਗੀ ਹੋਵੇ ਖੇਲ ਸੋਹਣੀ ਨਿਕਲਦੀ ਆ ਤੇ ਜੇ ਜ਼ਮੀਨ ਅਗਰ ਵਟਾ ਹੋਵੇ ਨਾ ਜਿਵੇਂ ਇੱਥੇ ਪਾਣੀ ਪੈ ਗਿਆ ਸੀ ਹੁਣ ਦੇਖੋ ਨਾ ਤੁਹਾਡੇ ਸਾਹਮਣੇ ਹੈ ਜੀ ਤੇ ਅੱਗੇ ਦੇਖੋ ਜੀ ਬਹੁਤ ਪਿਆਰੀ ਖੇਲ ਨਿਕਲਦੀ ਰਹੀ ਆ ਕਿਉਂਕਿ ਜ਼ਮੀਨ ਸਹੀ ਸੀ ਇਸ ਤੋਂ ਪਹਿਲੇ ਜਿਹੜੀ ਮੱਕੀ ਲਾਈ ਸੀ ਉਹ ਵੀ ਤੁਹਾਨੂੰ ਚਲ ਕੇ ਦਿਖਾਣੇ ਆਂ ਅੱਜ ਦੋਸਤਾਂ ਨੂੰ ਮੈਂ ਮੱਕੀ ਦੇ ਬਾਰੇ ਦੱਸ ਦੇਵਾਂ ਕਈ ਜ਼ਮੀਂਦਾਰ ਦੋਸਤ ਹੋਣਗੇ ਪ੍ਰਾ ਹੋਣਗੇ ਜਿਹੜੇ ਮੇਰੀ ਵੀਡੀਓ ਦੇਖਦੇ ਪਿਆਉਣਗੇ ਲੇਕਿਨ ਜ਼ਮੀਂਦਾਰ ਆ ਮੈਂ ਵੀ ਕੀਤਾ ਅਲਹਮਦੁਲਿਲਾ ਮੱਕੀ ਵੀ ਬੀਜਿਆ ਚਾਵਲ ਵੀ ਬੀਜਿਆ ਮੱਕਈ ਵੀ ਲਗਾਇਆ ਮਟਰ ਲਗਾਇਆ ਗਾਜਰਾ ਲਗਾਇਆ ਤੇ ਸਭ ਚੀਜ਼ ਦਾ ਬਤਾ ਕਮਾਦ ਤੱਕ ਲਗਾਇਆ ਹत्ता ਕਿ ਫਸਲ ਕੋਈ ਵੀ ਨਹੀਂ ਛੱਡੀ ਆਲੂ ਵੀ ਲਗਾਇਆ ਤੇ ਫਸਲਾਂ ਦਾ ਮਾਸ਼ਾਅੱਲਾ ਸਾਰਿਆਂ ਦਾ ਪਤਾ ਲੱਗ ਗਿਆ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਤੇ ਲੇਕਿਨ ਮੱਕੀ ਦੇ ਬਾਰੇ ਖਾਸ ਕਰਕੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਮੱਕੀ ਦੇ ਕੀ ਕਰਨਾ ਚਾਹੀਦਾ ਔਰ ਨੈਲ ਕਰ ਨੈਲ ਕਰਨਾ ਚਾਹੀਦਾ ਸਭ ਤੋਂ ਪਹਿਲੇ ਮੱਕੀ ਦੇ ਜਿਹੜਾ ਸੀ ਤਿਆਰੀ ਕਰਨੀਆਂ ਹਨ ਉਹਦੇ ਵਿੱਚ ਛੋਟਾ ਵੱਟਾ ਜ਼ਰੂਰ ਹੋਣਾ ਚਾਹੀਦਾ ਇਦਾਂ ਕ ਵੱਟਾ ਕਿਉਂ ਜ਼ਮੀਨ ਦਾ ਗੈਸ ਖਾਰਜ ਹੋਣਾ ਰਹਿੰਦਾ ਹੈ ਜਿਹੜਾ ਕੇਈ ਦੋਸਤ ਰੂਟ ਆਊਟਰ ਮਾਰ ਲੈਂਦੇ ਨੇ ਤੇ ਖੇਲ ਕੱਢਦੇ ਨੇ ਉਹ ਖੇਲ ਜਮ ਜਾਂਦੀਆਂ ਤੇ ਪੂਰੀ ਗੈਸ ਨਹੀਂ ਖਾਰਜ ਹੋ ਰਹੀ ਮੱਕੀ ਦੇ ਮੱਕੀ ਦੇ ਉਗਾ ਜਿਹੜਾ ਨਾ ਉਹ ਸਹੀ ਨਹੀਂ ਹੋਣਾ ਦੂਸਰੀ ਗੱਲ ਇਹ ਕਿ ਜਦੋਂ ਤੁਸੀਂ ਖੇਲਾਂ ਕਰਨੀਆਂ ਨੇ ਉਸ ਟਾਈਮ डीएपी ਥੱਲੇ ਪਾ ਦਿਓ ਉਹਦਾ ਬਹੁਤ ਜ਼ਿਆਦਾ ਫਾਇਦਾ ਡੀएपी ਹਰ ਫਸਲ ਕੋਈ ਫਸਲ ਹੀ ਆਉਂਦੇ ਥੱਲੇ ਪਾਓਗੇ ਉਹਦਾ ਬਹੁਤ ਜ਼ਿਆਦਾ ਫਾਇਦਾ ਤੀਸਰੀ ਗੱਲ ਹੈ ਮੱਕੀ ਜਦੋਂ ਵੀ ਲਗਵਾਓ ਹੱਥ ਤੇ ਲਗਵਾਓ ਹੱਥ ਨਾਲ ਕਰੀ ਪਲਾਂਟਰ ਵਾਲਾ ਕੰਮ ਨਾ ਕਰਿਓ ਕਿਉਂਕਿ ਪਲਾਂਟਰ ਸਹੀ ਨਹੀਂ ਲੰਗਾ ਉਹਦੇ ਵਿੱਚ ਦੋ ਦੋ ਬੀਜ ਲੱਗ ਜੰਨੇ ਨੇ ਤਿੰਨ ਤਿੰਨ ਵੀ ਲੱਗ ਜੰਨੇ ਆ ਇਹ ਦੇਖੋ ਜੀ ਸਾਰੀਆਂ ਮੱਕੀ ਤੁਹਾਡੇ ਸਾਹਮਣੇ ਆ ਇਹ ਹੱਥ ਦੇ ਲੱਗੀਆਂ ਜਾਂ ਵਿਚ ਇਹ ਦੇਖੋ ਟੋਟਲ ਦੋਸਤਾਂ ਨੂੰ ਮੈਂ ਦਿਖਾ ਦਿੱਤੀ ਹੈ ਹੱਦੀ ਲੱਗੀ ਲੋਕੀ ਜਿਹੜੀ ਪਹਿਲੇ ਪਲਾਂਟਰ ਦੀ ਮੱਕੀ ਵੀ ਖਾਈ ਸੀ ਮੈਂ ਤੁਹਾਨੂੰ ਉਹ ਦੋ ਦੋ ਤਿੰਨ ਤਿੰਨ ਬੀਵੀ ਲੱਗੇ ਹੋਇਆ ਤੁਸੀਂ ਗੌਰ ਕੀਤਾ ਨਹੀਂ ਪਤਾ ਕੀਤਾ ਕਿ ਨਹੀਂ ਕੀਤਾ ਔਰ ਵੀਡੀਓ ਦੇ ਵਿੱਚ ਤੇ ਇਹ ਹੱਥ ਤੇ ਲਗवानी ਚਾਹੀਦੀ ਆ ਦੂਸਰੀ ਗੱਲ ਇਹ ਜਦੋਂ ਇਹਨੂੰ ਖਾਦ ਕਰ ਤੁਸੀਂ ਥੱਲੇ ਨਹੀਂ ਪਾਈ ਦੀ ਇਹ ਵੀ ਅਗਰ ਪਾਣੀ ਲਗਾਉਣਾ ਚਾਹੁੰਦੇ ਨੇ ਤੁਸੀਂ ਆਪਣੀ ਫਸਲ ਆ ਗਈ ਹੈ ਪਾਣੀ ਤੇ ਡੀਏਪੀ ਇੱਕ ਬੋਰੀ ਇੱਕ ਬੋਰੀ ਯੂਰੀਆ ਇਹ ਮਿਕਸ ਕਰਕੇ ਇੰਨਾ ਕੇਰਾ ਕਰਨਾ ਖੇ ਲਾਂਦੇ ਵਿੱਚ ਫਿਰ ਜਨਾਬ ਜਦੋਂ ਤੁਹਾਡੀ ਮੱਕੀ ਫੋੜ ਤੋਂ ਫੋਟ ਦੇ ਕਰੀਬ ਆ ਜਾਏ ਉਸ ਟਾਈਮ ਫਿਰ ਇੱਕ ਬੋਰੀ ਯੂਰੀਆ ਪਾਣੀ ਚਾਹੀਦੀ ਆ ਡੀਏਪ ਪਾਓ ਤੁਹਾਡੀ ਮਰਜ਼ੀ ਨਾ ਪਾਓ ਤੁਹਾਡੀ ਮਰਜ਼ੀ ਤੇ ਯੂਰੀਆ ਜ਼ਰੂਰੀ ਆ ਹੱਤਾ ਕਿ ਚਾਰ ਬੋਰੀਆਂ ਪਾਣੀਆਂ ਚਾਹੀਦੀਆਂ ਮੱਕੀ ਦੇ ਏਕੜ ਨੂੰ ਆਖਰੀ ਬੋਰੀ ਇਹ ਤਾਂ ਪਾਣੀਆਂ ਪਹਿਲੇ ਤੁਸੀਂ ਆਪ ਦੇ ਹਿਸਾਬ ਨਾਲ ਪਾਣੀ ਆ ਫਸਲ ਦਾ ਰੰਗ ਵੇਖ ਕੇ ਪਾਣੀ ਆ ਲੇਕਿਨ ਜਦੋਂ ਆਖਰੀ ਬੋਰੀ ਪਾਣੀ ਆ ਉਹ ਕਿੱਦਾਂ ਪਾਣੀ ਆ ਉਹ ਮੈਂ ਤੁਹਾਨੂੰ ਦੱਸਣਾ ਜਦੋਂ ਆਪਨੀ ਮੱਕੀ ਸਿੱਟਾ ਕਰਦੀ ਭਈਆ ਉਸ ਟਾਈਮ ਅਗਰ ਤੁਸੀਂ ਬੋਰੀ ਨਹੀਂ ਪਾ ਸਕਦੇ ਨੇ ਅੱਧੀ ਬੋਰੀ ਯੂਰੀਆ ਇਹ ਜ਼ਰੂਰੀ ਆ ਪਾਣੀ ਤੇ ਮੱਕੀ ਵੇਖਿਓ ਤੇ ਛੱਲੀ ਵੀ ਵੇਖਿਓ ਕਿਉਂਕਿ ਜਿਸ ਟਾਈਮ ਸਿੱਟਾ ਕਰਦੀ ਆ ਇਹ ਛੱਲੀ ਕਰਦੀ ਆ ਨਾ ਛਲਦੀ ਵੀ ਆ ਨੀ ਮੱਕੀ ਉਸ ਟਾਈਮ ਪੌਦੇ ਦਾ ਜ਼ੋਰ ਲੱਗਦਾ ਤੇ ਉਹ ਜ਼ੋਰ ਲਗਣ ਨਾਲ ਬੂਟਾ ਕਮਜ਼ੋਰ ਨਾ ਉਹ ਕਮਜ਼ੋਰ ਤੇ ਆਪਣੇ ਕੋਲ ਹੱਲੇ ਆ ਗਿਆ ਆਪਾਂ ਖਾਦ ਲਾਈਏ ਉਹਨੂੰ ਪਾਣੀ ਲਾਈਏ ਉਹਨੂੰ ਕਮਜ਼ੋਰ ਨਾ ਹੋਣ ਦੀ ਉਹ ਤਾਕਤ ਰਹਿ ਜਾਵੇ ਤੇ ਜੜੀ ਬੂਟੀ ਦਾ ਖਾਸਕਾਰ ਰਖਣਾ ਹੈ ਸਪਰੇਅ ਕਰ ਦੇਣੀ ਹੈ ਅਸਲ ਤਾਂ ਚਾਹੀਦਾ ਹੈ ਕਿ ਮੱਕੀ ਦੇ ਸਟੈਮ ਉੱਗ ਰਵੇ ਗੰਧ ਉੱਗ ਰਵੇ ਉਸ ਟਾਈਮ ਗੰਗਵੀ ਦਾ ਸਪਰੇਅ ਕਰਨਾ ਚਾਹੀਦਾ ਕੋਈ ਦੋਸਤ ਮੱਕੀ ਲਗਾ ਕੇ ਡਵਾਲ ਗੋਲਡ ਦਾ ਸਪਰੇਅ ਕਰਦੇ ਨੇ ਵੱਤਰ ਦੇ ਵਿੱਚ 24 ਘੰਟਿਆਂ ਤੋਂ ਪਹਿਲੇ ਉਹ ਨਹੀਂ ਸਹੀ ਉਹ ਫਿਰ ਵੀ ਗੰਧ ਉਹ ਗੰਧ ਲੇਕਿਨ ਗੰਧ ਅਗਰ ਤੁਸੀਂ ਦੋ ਪਾਣੀ ਲਾ ਲੈਨੇ ਮੱਕੀ ਤwari ਤਕਰੀਬਨ 6 ਪੱਤੇ ਕਰ ਗਈਆ 6 ਪੱਤਾਂ ਤੇ ਗੰਧ ਪੂਰਾ ਉਗਰ ਆਉਂਦਾ ਨੇ ਮੱਕੀ ਦੇ ਉਹਨੂੰ ਸਪਰੇਅ ਮਾਰ ਦਿਓ ਗੰਗਵੀ ਦਾ ਤੇ ਇਹ ਅੱਜ ਦੀ ਮਾਲੂਮਾਤ ਮੱਕੀ ਲਈ ਆ